ਛਜਰਾ ਨਸਲ ਮਾਲਕਾਂ ਮੋਦਿਆ ਕਾਲਰਾ ਖਾਲਸਾ ਕਰਮਦਾਸ ਅੱਧ ਬਸ 351 ਤਹਿਸੀਲ ਵਾਜ਼ਿਲਾ ਗੁਜਰਾਤ ਸਾਲ 1868 ਮੇਰਾ ਬੰਦੋਬਸਤ ਹੈ। ਮੈਂ 13 ਪੁਸ਼ਤਾਂ ਅਸੀਂ ਕਰਮਦਾਸ ਜਿਹੜਾ ਇਹਦੀਆਂ 13 ਪੁਸ਼ਤਾਂ ਕਰਮ ਦੇਣ ਸਿੱਖਣ ਅਸੀਂ DC ਰਹੇ ਹਾਂ ਗੁਜਰਾਤ। ਅਸੀਂ ਮੋਟਰਸਾਈਕਲ ਸਰਪੰਚ ਲੰਬੜਦਾਰ ਹਾਂ। 3 ਪੁਸ਼ਤਾਂ 'ਚ ਨਾ ਸਾਨੂੰ ਕਾਲਰਾ ਪੁਨਵਾ ਬਣਾ ਕੇ ਜਾਲੀ ਕਾਲਰਾ ਪੁਨਵਾ ਬਣਾ ਕੇ ਅਤੇ ਇੱਕ ਜਾਲੀ ਸਾਡੇ ਨਾਂ 'ਤੇ ਕਾਲਰਾ ਖਾਲਸਾ ਖੜਾ ਕਰਤਾ ਜਿਹਦਾ ਨਾਂ ਕਾਲਰਾ ਪੁਨਵਾ ਦਾ ਅੰਦਰ ਸਬੂਤ ਨਾ ਕਾਲਰਾ ਜਾਲੀ ਜਿਹੜਾ ਕਾਲਰਾ ਖਾਲਸਾ ਉਹਦਾ ਵੀ ਅੰਦਰ ਸਬੂਤ ਕੋਈ ਨਹੀਂ। ਅਸੀਂ ਮੋਟਰਸਾਈਕਲ ਸਰਪੰਚ ਹਾਂ ਅਤੇ ਕਿਹਦੇ ਨਾਂ 'ਤੇ ਮਸ਼ਹੂਰਾ ਦੱਸਣ ਲੱਗਾ। ਕਰਮਦਾਸ ਮੋਟਰਸਾਈਕਲ ਸਰਪੰਚ ਲੰਬੜਦਾਰ ਵਾਦੀਏ ਕਾਗਾਨ ਸੇ ਇਸ ਮੁਲਕ ਮੇ ਗੁਜਰਾਤ ਆ ਕਰ ਜੰਗਲ ਔਰ ਵਰਾਨ ਰਕਬੇ ਨੂੰ ਆਬਾਦ ਕਰਕੇ ਇਸਕਾ ਨਾਮ ਕਾਲਰਾ ਖਾਲਸਾ ਕਰਮਦਾਸ ਰੱਖਾ ਔਰ ਕਾਲਰੇ ਦਰਵਾਜ਼ੇ ਕੇ ਨਾਮ ਸੇ ਮਸ਼ਹੂਰ ਕੀਆ। ਇਹ 13 ਪੁਸ਼ਤਾ ਕਾਲਰੇ ਖਾਲਸੇ ਕਾ ਮਾਲਕ ਰਹਾ ਔਰ 13 ਪੁਸ਼ਤਾ ਗੁਜਰਾਤ DC ਉਹ ਰਹਾ ਔਰ ਬਾਅਦ ਮੈਂ ਮਹਿਕਮਾ ਮਾਲ ਨੇ ਅਤੇ ਸਿਆਸਤਦਾਨਾਂ ਨੇ 3 ਪੁਸ਼ਤਾਂ ਮੇਰੇ ਰਕਬੇ 'ਤੇ ਮਿਲੀ ਬਖਤ ਕਰਕੇ ਅਤੇ ਮੇਰਾ ਰਕਬਾ ਜਿਹੜਾ ਖੁਰਦ ਬੁਰਦ ਕਰਤੇ ਹੈ। ਮੰਮਾ ਸਾਹਿਬ ਔਰ ਨਵੀ ਬਸ਼ ਕਹਤੇ ਹੈ ਕਿ 3 ਪੁਸ਼ਤਾਂ ਮੇਰਾ ਰਕਬਾ ਖੁਰਦ ਬੁਰਦ ਹੋਇਆ। 2 ਪੁਸ਼ਤਾਂ ਅਸੀਂ ਇਹਦੇ ਉੱਤੇ ਦੌੜ ਲਾਉਂਦੇ ਰਹੇ ਹਾਂ, ਅਸੀਂ ਦਾਲਤਾਂ 'ਚ ਧੱਕੇ ਖਾਂਦੇ ਰਹੇ ਹਾਂ। ਪਹਿਲਾਂ ਮੇਰਾ ਵਾਲਦ ਸਾਹਿਬ ਧੱਕੇ ਖਾਂਦਾ ਰਿਹਾ, ਉਹ ਫੌਤ ਹੋਇਆ ਅਤੇ 34 ਸਾਲ ਮੈਨੂੰ ਹੋ ਗਏ ਨੇ ਦਾਲਤਾਂ 'ਚ ਧੱਕੇ ਖਾਂਦੇ ਹਾਂ ਅਤੇ ਮੈਂ ਫੈਸਲੇ ਜਿਹੜੇ ਤੁਹਾਨੂੰ ਸ਼ੋਅ ਕਰਾਏ ਨੇ ਇਹ ਸਭ ਫੈਸਲੇ ਮੈਂ ਕਰਾਏ ਨੇ। ਹੁਣ ਮੈਂ ਸਾਡਾ ਰਕਬਾ ਜਿਹੜਾ ਕਾਲਰੀ ਦਰਵਾਜ਼ਾ ਦੇ ਨਾਂ 'ਤੇ ਮਸ਼ਹੂਰ ਹੈ, ਤੁਸੀਂ ਮੈਨੂੰ ਇਹ ਦੱਸੋ ਮੇਰਾ ਕਾਲਰੀ ਦਰਵਾਜ਼ਾ ਜਿਹੜਾ ਉਹ ਕਿਹਨੇ ਚੇਂਜ ਕਰਕੇ ਅਤੇ ਫੈਸਲ ਗੇਟ ਨਾਂ ਰੱਖਿਆ, ਮੈਂ ਉਹਦਾ ਪਰਚਾ ਕਟਾਂ। ਅਸੀਂ ਕਾਲਰਾ ਖਾਲਸਾ ਜਿਹੜਾ ਨਾ ਉਹਦੇ ਨਾਂ 'ਤੇ ਜੀ ਕਾਲਰੀ ਦਰਵਾਜ਼ੇ ਦੇ ਨਾਂ 'ਤੇ ਮਸ਼ਹੂਰ ਹਾਂ ਅਤੇ 25 ਬਰਾਬਰ ਰਕਬਾ ਸਾਡਾ ਗੁਜਰਾਤ ਦੇ ਅੰਦਰ ਮੋਟਰਸਾਈਕਲ ਸਰਪੰਚਾਂ ਦੇ ਲੈਦਾ। ਮੈਂ DC ਬਾਜਵਾ ਸਾਹਿਬ ਮੇਰੀ ਬਾਤ ਜ਼ਰਾ ਗੌਰ ਸੇ ਸੁਣਨਾ, ਹਮ ਵੀ ਗੁਜਰਾਤ ਕੇ ਜਰਨਲ ਹੈ। ਮੇਰੇ ਜਰਨਲ ਨੇ ਬਾਬਰ ਬਾਦਸ਼ਾਹ ਦੀ ਜੰਗ ਲੜੀ ਜੇ, ਉਹ ਕਹਿੰਦਾ ਦਿੱਲੀ ਨੂੰ ਮੈਂ ਜੰਗ ਲੜਦਾ ਹਾਂ, ਲਾਹੌਰ ਬਾਦਸ਼ਾਹ ਜੀ ਮਾਸੇ ਦਾ ਰਹੇ ਅਤੇ ਮੈਂ ਗੁਜਰਾਤ ਕੀ ਮਗਰਬ ਕੀ ਤਰਫ ਚਿਲ ਜਾਏ ਕਹੂੰ ਮੈਂ ਸ਼ਹੀਦ ਹੂਆ, ਮੇਰਾ ਬੋਰ ਬੜੋ ਚਿਲ ਜਾਏ ਮੈਂ ਕੌਣ ਹਾਂ। ਅਸੀਂ ਜਰਨਲ ਹਾਂ ਗੁਜਰਾਤ ਦੇ, ਉਹਦਾ ਨਾਂ ਹੈ ਵਿਸਾਲ ਖਾਂ, ਮੇਰੇ ਖਾਨਦਾਨ ਦਾ ਬੰਦਾ। ਇਹ ਸ਼ਹਿਰ ਵਿੱਚ ਸਾਰੀਆਂ ਕੂਹਿਆਂ ਦੇ ਵਿੱਚ ਤਖਤੀਆਂ ਲੱਗੀਆਂ ਨੇ, ਅਬਲੀਏ ਦੀਆਂ ਤਖਤੀਆਂ ਲੱਗੀਆਂ ਨੇ। ਮੈਂ ਉਹਨਾਂ ਨੂੰ ਆਖਿਆ ਮੇਰਾ ਕਮੇਟੀ 'ਚ ਖੂਹ ਹੈ, ਇਹਨੂੰ ਪੱਟੋ, ਖਰਚਾ ਮੈਂ ਦੇਣਾ, ਮੇਰੀ ਤਖਤੀ ਆ ਜਾਏਗੀ। ਮੈਂ ਸ਼ਹਿਰ ਗੁਜਰਾਤ ਦੇ ਵਿੱਚ ਮੇਰੇ 25 ਮਰੱਬੇ ਨੇ, ਮੇਰੇ ਨਾਲ ਮਿਲੀ ਵਕਤ ਹੋਇਆ, ਮੇਰੇ ਨਾਲ ਇਹਨਾਂ ਨੇ ਕੀਤੇ ਹੈ ਮਾਫੀਆ ਬਣਾਇਆ ਇਹਨਾਂ ਨੇ। ਇਹ ਜਿਹੜੇ ਸਿਆਸਤਦਾਨ ਨੇ ਇਹ ਸਾਰੇ ਮੇਰੇ ਰਕਬੇ ਦੇ 3 ਪੁਸ਼ਤੇ ਬੈਠੇ ਨੇ, ਇਹ ਸਾਰੇ ਕੰਮੀ ਕਮੀਣ ਨੇ ਸਾਰੇ।